ਸ੍ਰੀਕਾਲ ਦੋਸਤੋ, ਪੀਵੀ 13 ਆਪਣੇ ਸਾਰੇ ਸਾਰਿਆਂ ਦਾ ਸਵਾਗਤ ਹੈ ਜੀ। ਥੰਬਨੇਲ ਤੁਸੀਂ ਦੇਖਿਆ ਹੋਊ 77,000 ਰੁਪਏ ਦੇ ਵਿੱਚ ਸਵਿਫਟ ਗੱਡੀ। ਸੱਚ ਹੈ ਜੀ, ਬਿਲਕੁਲ ਦਿਖਾਵਾਂਗੇ ਆਪਾਂ। 77,000 ਛੱਡੀ ਜੀ, ਦੂਜਾ ਸਰਪ੍ਰਾਈਜ਼ ਆ ਸਭ ਤੋਂ ਵੱਡਾ, ਮੰਨੋਗੇ ਤੁਹਾਡੇ ਬਾਈ ਨੂੰ। 77,000 ਨੇ ਜੀ ਅੱਜ ਦੀ ਵੀਡੀਓ ਜਿਹੜੀ ਸਟਾਰਟ ਹੋਣ ਵਾਲੀ ਹੈ ਜੀ। 40,000 ਤੋਂ ਗੱਡੀਆਂ ਸਟਾਰਟ ਹੋਣ ਜੀ। ਕੀਮਤ ਸਟਾਰਟਿੰਗ ਪ੍ਰਾਈਜ਼ ਹੈ ਜੀ 40,000। ਗੱਡੀਆਂ ਬਹੁਤ ਸਾਰੀਆਂ ਨੇ, ਟੋਟਲ ਆਪਣੇ ਕੋਲ 20 ਗੱਡੀਆਂ ਨੇ ਜੀ ਅੱਜ ਦੀ ਵੀਡੀਓ ਦੇ ਵਿੱਚ। ਥੋੜ੍ਹਾ ਜਿਹਾ ਪੇਸ਼ੈਂਸ ਰੱਖਿਓ, ਥੋੜ੍ਹੀ ਜਿਹੀ ਵੀਡੀਓ ਲੰਮੀ ਹੋਣ ਵਾਲੀ ਹੈ, ਠੀਕ ਹੈ ਜੀ। ਕਾ ਪੈਂਪਲੇਟ ਤੇ ਕਰ ਲਓ ਜੀ ਨਿਗਾਹ, ਇਹਦੀ ਡਿਟੇਲ ਮੈਂ ਤੁਹਾਨੂੰ ਦਊਂਗਾ ਲਾਸਟ ਦੇ ਵਿੱਚ। ਸੋ ਇੱਕ ਤਾਂ ਵਧੀਆ ਗੱਡੀ ਮਿਲ ਜੇ, ਸਸਤੀ ਗੱਡੀ ਮਿਲ ਜੇ, ਫਸਟ ਓਨਰ ਜਾਂ ਸੈਕਿੰਡ ਓਨਰ ਹੋਵੇ, ਹਾਲਤ ਕੰਡੀਸ਼ਨ ਇੱਕਦਮ ਓਕੇ ਮਿਲੇ, ਇੰਜਨ ਗੇਅਰ ਪੱਖੋਂ ਵੀ ਪੂਰੀ ਵਧੀਆ ਮਿਲ ਜੇ, ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ। ਜਿੰਨੀਆਂ ਵੀ ਗੱਡੀ ਨੇ ਸਾਰੇ ਸਾਰੇ ਹੋਣਗੇ ਜੀ ਪਰਸਨਲ ਘਰੇ ਖੜੀਆਂ, ਫੈਮਿਲੀ ਕਾਰਸ। ਸੋ ਵੀਡੀਓ ਲੱਗੇ ਸਟਾਰਟ ਕਰਨ, ਸੋ ਇੰਜੋਏ ਜ਼ਰੂਰ ਕਰਿਓ ਹੋਣਾ, ਧਮਾਕੇ ਦੇ ਧਮਾਕਾ ਲਾਵਾਂਗੇ ਜੀ ਹਰੇਕ ਵੀਡੀਓ ਗੱਡੀ ਦੇ ਨਾਲ। ਸੋ ਸਭ ਤੋਂ ਪਹਿਲੀ ਗੱਡੀ ਜੀ ਟਾਟਾ ਨੈਨੋ ਗੱਡੀ ਹੈ, 2011 ਮਾਡਲ ਹੈ ਜੀ। ਕੰਡੀਸ਼ਨ ਤੁਹਾਡੇ ਸਾਹਮਣੇ ਜੀ, ਫੋਟੋ ਚੰਗੀ ਤਰ੍ਹਾਂ ਦੇਖ ਲਓ, ਪੈਟਰੋਲ ਦੀ ਗੱਡੀ ਦੋਸਤੋ। 36,000 ਕਿਲੋਮੀਟਰ ਚੱਲੀ ਹੋਈ ਜੀ ਓਨਲੀ, ਹਾਂਜੀ ਦੋਸਤੋ, 36,000 ਓਨਲੀ ਚੱਲੀ ਹੋਈ ਹੈ। 85,000 ਰੁਪਇਆ ਨੈਨੋ ਦੀ ਡਿਮਾਂਡ ਹੈ ਜੀ। ਕਰ ਲਓ ਜੀ ਇਹਨਾਂ ਦਾ ਕੰਟੈਕਟ ਨੰਬਰ ਨੋਟ, 99-686-15-852। ਕਰ ਲਓ ਦੋਸਤੋ ਸਕਰੀਨਸ਼ੋਟ, ਇਹਦੇ ਉੱਪਰ ਤੁਹਾਨੂੰ ਪ੍ਰੋਪਰ ਡਿਟੇਲ ਵੀ ਮਿਲੂਗੀ, ਪ੍ਰੋਪਰ ਕੰਟੈਕਟ ਨੰਬਰ ਮਿਲੂਗਾ, ਸਭ ਕੁਛ ਮਿਲੂਗਾ। ਸੋ ਚੱਲਦੇ ਨੈਕਸਟ ਗੱਡੀ ਵੱਲ, ਦਿਖਾ ਦਿੰਦਾ ਜੀ, ਚਲੋ ਬੜਾ ਬੜਾ ਟਾਈਮ ਤੁਹਾਡਾ ਵੇਟ ਨਹੀਂ ਕਰਦੇ। ਸਵਿਫਟ ਗੱਡੀ ਲੱਗਿਆ ਦਿਖਾਉਣੀ ਜੀ, 2005 ਮਾਡਲ ਦੱਸੋ, ਪੈਟਰੋਲ ਦੀ ਗੱਡੀ ਹੈ, ਜੈਨੂਅਲ ਜੀ ਗੱਡੀ ਹੈ, ਕੰਡੀਸ਼ਨ A1 ਪਈ ਹੈ ਇਹਦੀ, ਠੀਕ ਹੈ ਜੀ। 77,000 ਰੁਪਏ ਇਹਨਾਂ ਦੀ ਡਿਮਾਂਡ ਆ ਜਦੋਂ, 77,000 ਰੁਪਏ ਜੋ ਸਵਿਫਟ ਗੱਡੀ। ਇਹਨਾਂ ਦਾ ਕੰਟੈਕਟ ਨੰਬਰ ਕਰ ਲਓ ਜੀ ਨੋਟ, 92087-4002। ਕਰ ਲਓ ਦੋਸਤੋ ਸਕਰੀਨਸ਼ੋਟ ਡੀਲ ਆਫ ਦੀ ਡੀਲ ਗੱਡੀ ਦੀ, ਇਹ ਨਹੀਂ ਇੱਕ 40,000 ਵਾਲੀ ਹੋਰ ਵੀ ਹੈ, ਇਸ ਤੋਂ ਥੱਲੇ ਵੀ ਹੈਗੀਆਂ ਨੇਗੀਆਂ, ਠੀਕ ਹੈ ਜੀ। ਧਮਾਕੇ ਮਤਲਬ ਸਟੈਪ ਬਾਏ ਸਟੈਪ ਦੱਸਾਂਗੇ ਆਪਾਂ। ਇਸ ਤੋਂ ਬਾਅਦ ਆਪਣੇ ਕੋਲ ਗੱਡੀ ਹੈ ਜੀ ਥਾਰ, ਮਹਿੰਦਰਾ ਥਾਰ, 2021 ਮਾਡਲ। ਹੈਰਾਨ ਸੱਚ ਹੈ ਜੀ, 2021 ਮਾਡਲ ਹੈ ਮਹਿੰਦਰਾ ਦੀ ਥਾਰ ਗੱਡੀ ਹੈ। ਕੋਟਕਪੁਰਾ ਕਿਸੇ ਸਿੰਗਰ ਕੋਲ ਗੱਡੀ ਖੜੀ ਹੈ ਜੀ, ਠੀਕ ਹੈ। 8700 ਕਿਲੋਮੀਟਰ ਚੱਲੀ ਹੋਈ ਹੈ ਗੱਡੀ, ਹੈ ਔਨ ਰਿਕਾਰਡ ਜੀ, ਸਾਰਾ ਕੁਛ ਬਿੱਲ ਬੁੱਲ ਵਗੈਰਾ। 1.5 ਲੱਖ ਦੀ ਬੰਦੇ ਨੇ ਐਸੈਸਰੀ ਅਲੱਗ ਤੋਂ ਲਵਾਈ ਹੋਈ ਹੈ। ਸੋ ਇਹਨਾਂ ਦੀ ਪ੍ਰਾਈਜ਼ ਡਿਮਾਂਡ ਹੈਗੀ ਜੀ 18.5 ਲੱਖ ਰੁਪਈਆ। ਇਹਨਾਂ ਦਾ ਕੰਟੈਕਟ ਨੰਬਰ ਕਰ ਲਓ ਜੀ ਨੋਟ, 700-90-5-54। ਕਰ ਲਓ ਦੋਸਤੋ ਸਕਰੀਨਸ਼ੋਟ ਇਸ ਚੀਜ਼ ਦਾ, ਬਾਈ ਕਹਿੰਦੇ ਥਾਰ ਵੀ ਲਿਆ, ਸਾਰਾ ਕੁਛ ਹੈ ਆਪਣੇ ਕੋਲ, ਥੋੜ੍ਹਾ ਜਿਹਾ ਪੇਸ਼ੈਂਸ ਰੱਖੀ ਬਸ ਅੱਜ ਦੀ ਵੀਡੀਓ ਦੇ ਵਿੱਚ। ਇਸ ਤੋਂ ਬਾਅਦ ਆਪਾਂ ਕੋਲ ਨੈਕਸਟ ਗੱਡੀ ਹੈਗੀ ਜੀ ਸਵਿਫਟ ਡਿਜ਼ਾਇਰ ਗੱਡੀ ਹੈ, 2015 ਮਾਡਲ ਦਾ ਦੋਸਤੋ ਗੱਡੀ। ਕੰਡੀਸ਼ਨ ਤੁਹਾਡੇ ਸਾਹਮਣੇ ਆ, ਫੋਟੋ ਨੂੰ ਆਰਾਮ ਨਾਲ ਆਰਾਮ ਦੇ ਨਾਲ ਦੇਖ ਲਿਓ, ਠੀਕ ਹੈ ਜੀ। ਡੀਜ਼ਲ ਦਾ ਵੈਰੀਐਂਟ ਹੈ ਦੋਸਤੋ, ਡੀਜ਼ਲ ਦੀ ਗੱਡੀ ਹੈ ਇਹ, ਹੁਸ਼ਿਆਰਪੁਰ ਏਰੀਆ ਜੀ ਜਿੱਥੇ ਇਹ ਗੱਡੀ ਖੜੀ, ਸਵਿਫਟ ਡਿਜ਼ਾਇਰ। ਅਤੇ ਪ੍ਰਾਈਜ਼ ਇਹਨਾਂ ਦੀ ਡਿਮਾਂਡ ਹੈਗੀ ਜੀ 4,70,000 ਰੁਪਈਆ। ਸੋ ਇਹਨਾਂ ਦਾ ਕਰ ਲਓ ਜੀ ਕੰਟੈਕਟ ਨੰਬਰ ਨੋਟ, 98-141-67-233। ਜਿੰਨੇ ਵੀ ਆਪਾਂ ਪ੍ਰਾਈਜ਼ ਦੱਸਾਂਗੇ ਜੀ ਵੀਡੀਓ ਦੇ ਵਿੱਚ, ਕਿਸੇ ਵੀ ਗੱਡੀ ਦਾ ਕੋਈ ਵੀ ਫਿਕਸ ਨਹੀਂ ਹੈਗਾ, ਨੈਗੋਸ਼ੀਏਬਲ ਤਾਂ ਹੋਣਗੇ ਹੋਣਗੇ ਜੀ। ਪੀਵੀ 13 ਪ੍ਰੋਡਕਸ਼ਨ ਤੁਹਾਨੂੰ ਦਊਗਾ ਜੀ ਡਿਸਕਾਊਂਟ ਇਹਨਾਂ ਦੇ ਉੱਪਰ, ਠੀਕ ਹੈ ਜੀ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਮਹਿੰਦਰਾ ਦੀ ਬਲੈਰੋ ਗੱਡੀ, 2012 ਮਾਡਲ ਹੈ, ਫਾਸਟ ਓਨਰ ਹੈ, ਡੀਜ਼ਲਾ ਵੈਰੀਐਂਟ ਹੈ, ਨਵਾਂ ਸ਼ਹਿਰ ਏਰੀਆ ਹੈ, ਅਲਾਈਵਿਲ ਪਏ ਹੋਏ ਨੇ, ਮੋਡੀਫਾਈ ਵੀ ਕਰਾਈ ਹੋਈ ਹੈ, ਠੀਕ ਹੈ ਜੀ। ਅਤੇ ਰੇਟ ਦੀ ਡਿਮਾਂਡ ਇਹਨਾਂ ਦੀ ਜੀ 3.5 ਲੱਖ ਰੁਪਈਆ। 22 ਨੇ NRI ਵੀਰ ਦੀ ਗੱਡੀ ਹੈ, ਘਰੇ ਗੱਡੀ ਖੜੀ ਹੈ, ਠੀਕ ਹੈ ਜੀ। ਇਹਨਾਂ ਦਾ ਕੰਟੈਕਟ ਨੰਬਰ ਕਰ ਲਓ ਜੀ, ਫੈਮਿਲੀ ਪਰਸਨ ਦਾ ਹੈਗਾ ਇਹਨਾਂ ਨੇ ਦਿੱਤਾ ਜੀ ਆਪਾਂ ਨੂੰ, 98-723-24-054। ਦੋਸਤੋ ਕਰ ਲਓ ਸਕਰੀਨਸ਼ੋਟ ਇਸ ਚੀਜ਼ ਦਾ। ਸੋ ਚੱਲਦੇ ਜੀ ਨੈਕਸਟ ਗੱਡੀ ਵੱਲ। ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਸੈਂਟਰੋ XIN, 2008 ਮਾਡਲ ਹੈ ਜੀ ਸੈਂਟਰੋ, 80,000 ਕਿਲੋਮੀਟਰ ਗੱਡੀ ਚੱਲੀ ਹੋਈ ਦੋਸਤੋ। ਅੰਮ੍ਰਿਤਸਰ ਦਾ ਏਰੀਆ ਜਿੱਥੇ ਇਹ ਗੱਡੀ ਖੜੀ ਹੈ, 1,35,000 ਰੁਪਏ ਦੋਸਤੋ ਇਸ ਗੱਡੀ ਦੀ ਡਿਮਾਂਡ ਹੈ। ਕੰਡੀਸ਼ਨ ਤੁਹਾਡੇ ਸਾਹਮਣੇ, ਕਰ ਲਓ ਜੀ ਇਹਨਾਂ ਦਾ ਮੋਬਾਈਲ ਨੰਬਰ ਨੋਟ, 98-728-06-305। ਦੋਸਤੋ ਸਕਰੀਨਸ਼ੋਟ ਜ਼ਰੂਰ ਕਰ ਲਓ ਜੀ। ਇਸ ਤੋਂ ਬਾਅਦ ਚੱਲਦੀ ਜੀ ਵੋਲਕਸ ਵੈਗਨ ਦੀ ਬੈਂਟੋ ਗੱਡੀ, ਠੀਕ ਹੈ ਜੀ, 2014 ਮਾਡਲ ਹੈ ਦੋਸਤੋ ਵੋਲਕਸ ਵੈਗਨ। ਅੰਮ੍ਰਿਤਸਰ ਦਾ ਏਰੀਆ ਜਿੱਥੇ ਗੱਡੀ ਖੜੀ ਜੀ। ਸੋ ਵੈਂਟੋ ਦੀ ਡਿਮਾਂਡ ਹੈਗੀ ਜੀ 4,80,000 ਰੁਪਈਆ। ਇਹਨਾਂ ਦਾ ਕੰਟੈਕਟ ਨੰਬਰ ਹੈਗਾ ਜੀ 97-99-272। ਦੋਸਤੋ ਕਰ ਲਓ ਜੀ ਸਕਰੀਨਸ਼ੋਟ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਨਿਸਾਨ ਦੀ ਸਨੀ, ਸੈਕਿੰਡ ਹੈਂਡ ਕਾਰ ਦੇ ਵਿੱਚ ਨਿਸਾਨ ਦੀ ਸਨੀ ਕਾਰ, 2015 ਮਾਡਲ ਹੈ ਜੀ, 88,000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ। ਫਸਟ ਓਨਰ ਹੈ, ਜਲੰਧਰ ਏਰੀਆ ਜਿੱਥੇ ਗੱਡੀ ਖੜੀ ਹੈ ਜੀ। 4,20,000 ਰੁਪਇਆ ਇਸ ਗੱਡੀ ਦੀ ਡਿਮਾਂਡ ਹੈ। ਇਹਨਾਂ ਦਾ ਕੰਟੈਕਟ ਨੰਬਰ ਕਰ ਲਓ ਜੀ ਨੋਟ, 98-551 ਜੀ 81-805। ਦੋਸਤੋ ਕਰ ਲਓ ਸਕਰੀਨਸ਼ੋਟ। ਇਸ ਤੋਂ ਬਾਅਦ ਨੈਕਸਟ ਗੱਡੀ ਆਪਣੇ ਕੋਲ ਆ ਗਈ ਜੀ ਸੈਕਿੰਡ ਹੈਂਡ ਕਾਰ ਦੇ ਵਿੱਚ, ਅਲਟੋ LXI,
2007 ਮਾਡਲ ਹੈ ਜੀ, 95,000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ, ਮੋਗਾ ਏਰੀਆ ਦੋਸਤੋ ਜਿੱਥੇ ਇਹ ਗੱਡੀ ਖੜੀ ਹੈ ਜੀ। 1,30,000 ਰੁਪਇਆ ਅਲਟੋ ਦੀ ਡਿਮਾਂਡ ਹੈ। ਇਹਨਾਂ ਦਾ ਕੰਟੈਕਟ ਨੰਬਰ ਹੈਗਾ ਜੀ 99142-6645। ਦੋਸਤੋ ਕਰ ਲਓ ਸਕਰੀਨਸ਼ਾਟ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਜਿਪਸੀ ਗੱਡੀ, ਜੋ ਕਿ ਬਹੁਤ ਜ਼ਿਆਦਾ ਡਿਮਾਂਡ ਹੈ ਮਾਰੂਤੀ ਸੁਜ਼ੂਕੀ ਦੀ। ਬਾਈ ਜਿਪਸੀ ਦਿਖਾ ਦਿਓ, ਜਿਪਸੀ ਦਿਖਾ ਦਿਓ, ਲੈ ਜਿਪਸੀ ਆਪਾਂ। 2010 ਮਾਡਲ ਹੈ ਜੀ, ਡੀਜ਼ਲ ਦੀ ਗੱਡੀ ਹੈ, ਹੁਸ਼ਿਆਰਪੁਰ ਏਰੀਆ ਜਿੱਥੇ ਗੱਡੀ ਖੜੀ ਹੈ। ਨਿਸ਼ਾਨ ਦਾ ਇੰਜਣ ਰੱਖਿਆ ਇਹਦੇ ਵਿੱਚ ਜੀ। 2,10,000 ਰੁਪਏ ਇਸ ਗੱਡੀ ਦੀ ਡਿਮਾਂਡ ਹੈ। ਇਹਨਾਂ ਦਾ ਕੰਟੈਕਟ ਨੰਬਰ ਕਰ ਲਓ ਜੀ ਨੋਟ, 78892-08083। ਦੋਸਤੋ ਕਰ ਲਓ ਸਕਰੀਨਸ਼ਾਟ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਗੱਡੀ ਜੈਨ ਐਲ ਐਕਸ ਆਈ ਹੈ, ਪੈਟਰੋਲ ਦੀ ਗੱਡੀ ਹੈ ਜੀ। 2022 ਤੱਕ ਗੱਡੀ ਦੀ ਪਾਸਿੰਗ ਪਈ ਆ, ਕੰਡੀਸ਼ਨ ਤੁਹਾਡੇ ਸਾਹਮਣੇ ਹੈਗੀ। ਚੰਗੀ ਤਰ੍ਹਾਂ ਫੋਟੋ ਨੂੰ ਆਰਾਮ ਨਾਲ ਜ਼ਰੂਰ ਦੇਖ ਲਿਆ ਕਰੋ, ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ, ਕਿਉਂ ਬਿਕੋਜ਼ ਸਕਿੱਪ ਕਰਤਾ ਤੁਸੀਂ ਕੁਛ ਪਾਰਟ ਮਿਸ ਕਰ ਸਕਦੇ ਹੋ। 47,000 ਰੁਪਏ ਜੀ ਇਹਨਾਂ ਦੀ ਡਿਮਾਂਡ ਹੈ। ਇਹਨਾਂ ਦਾ ਕੰਟੈਕਟ ਨੰਬਰ ਕਰ ਲਓ ਜੀ ਨੋਟ, 94633-047-79। ਕਰ ਲਓ ਦੋਸਤੋ ਸਕਰੀਨਸ਼ਾਟ। ਇਸ ਤੋਂ ਬਾਅਦ ਸੈਕਿੰਡ ਹੈਂਡ ਕਾਰ ਦੇ ਵਿੱਚ ਆ ਗਈ ਆਪਣੇ ਕੋਲ ਜੀ ਬੀਟ ਗੱਡੀ। ਬੀਟ 2011 ਮਾਡਲ ਹੈ ਜੀ, ਡੀਜ਼ਲ ਦੀ ਗੱਡੀ ਹੈ ਦੋਸਤੋ। ਫਿਰੋਜ਼ਪੁਰ ਏਰੀਆ ਜਿੱਥੇ ਇਹ ਗੱਡੀ ਖੜੀ ਹੈ। 1,28,000 ਰੁਪਇਆ ਗੱਡੀ ਦੀ ਡਿਮਾਂਡ ਹੈ। ਇਹਨਾਂ ਦਾ ਕੰਟੈਕਟ ਨੰਬਰ ਕਰ ਲਓ ਜੀ ਨੋਟ, 98550-5877। ਕਰ ਲਓ ਜੀ ਸਕਰੀਨਸ਼ਾਟ ਇਸ ਚੀਜ਼ ਦਾ। ਇਸ ਤੋਂ ਬਾਅਦ ਆਪਣੇ ਕੋਲ ਗੱਡੀ ਹੈਗੀ ਜੀ ਹੁੰਡਾਈ ਦੀ ਸੈਂਟਰੋ ਗੱਡੀ, 2002 ਮਾਡਲ ਹੈ ਜੀ, ਪੈਟਰੋਲ ਦੀ ਗੱਡੀ ਹੈ। ਲੋਹੀਆਂ ਖਾਸ ਏਰੀਆ ਜਿੱਥੇ ਇਹ ਗੱਡੀ ਖੜੀ ਹੈ ਜੀ। 40,000 ਰੁਪਇਆ ਸੈਂਟਰੋ ਦੀ ਡਿਮਾਂਡ ਹੈ। ਕਿਹਾ ਸੀਗਾ ਜੀ 40,000, ਦਿਖਾਤੀ ਜੀ। ਆਪਾਂ ਜੋ ਬੋਲਦੇ ਹਾਂ ਹੁੰਦਾ ਜੀ, ਜੋ ਲਿਖਿਆ ਉਹ ਵੀ ਸੱਚ ਹੈ। ਪਾਸਿੰਗ ਐਕਸਪਾਇਰ ਹੈ ਗੱਡੀ ਦੀ, ਪਰ ਹੋ ਜੂਗੀ, ਠੀਕ ਹੈ ਜੀ। ਇਹਨਾਂ ਦਾ ਕੰਟੈਕਟ ਨੰਬਰ ਕਰ ਲਓ ਜੀ ਨੋਟ, 81-9600-01-756। ਦੋਸਤੋ ਕਰ ਲਓ ਸਕਰੀਨਸ਼ੋਟ ਇਸ ਚੀਜ਼ ਦਾ। ਇਸ ਤੋਂ ਬਾਅਦ ਆਪਣੇ ਕੋਲ ਨੈਕਸਟ ਆ ਗਈ ਜੀ ਆਪਣੇ ਕੋਲ ਸੈਕਿੰਡ ਹੈਂਡ ਕਾਰ, ਅਲਟੋ 2006 ਮਾਡਲ ਹੈ ਜੀ। ਅਲਟੋ ਫਾਸਟ ਓਨਰ ਦੋਸਤੋ, ਬਠਿੰਡਾ ਏਰੀਆ ਜਿੱਥੇ ਗੱਡੀ ਖੜੀ ਹੈ। 80,000 ਰੁਪਇਆ ਅਲਟੋ ਦੀ ਡਿਮਾਂਡ ਹੈ ਜੀ। ਸੋ ਕੰਡੀਸ਼ਨ ਤੁਹਾਡੇ ਸਾਹਮਣੇ ਸੀ, ਕੰਟੈਕਟ ਨੰਬਰ ਇਹਨਾਂ ਦਾ ਹੈ ਜੀ 98-764-70-153। ਦੋਸਤੋ ਕਰ ਲਓ ਸਕਰੀਨਸ਼ੋਟ ਇਸ ਚੀਜ਼ ਦਾ। ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਯਾਮਾ ਦਾ ਮੋਟਰਸਾਈਕਲ ਆਈ R15, ਸੁਪਰ ਬਾਈਕ ਵੀ ਕਹਿ ਸਕਦੇ ਤੁਸੀਂ, ਬਹੁਤ ਹੀ ਸੋਹਣੀ ਬਾਈਕ ਹੁੰਦੀ ਹੈ ਨਾ। ਅਤੇ 2017 ਮਾਡਲ ਦੀ ਮੋਟਰਸਾਈਕਲ ਹੈ ਜੀ ਇਹ। 95,000 ਰੁਪਇਆ ਇਸ ਮੋਟਰਸਾਈਕਲ ਦੀ ਡਿਮਾਂਡ ਹੈ। ਇਹਨਾਂ ਦਾ ਕੰਟੈਕਟ ਨੰਬਰ ਹੈਗਾ ਜੀ 63501-56841। ਦੋਸਤੋ ਕਰ ਲਓ ਸਕਰੀਨਸ਼ੋਟ ਇਸ ਚੀਜ਼ ਦਾ। ਇਸ ਤੋਂ ਬਾਅਦ ਆਪਣੇ ਕੋਲ ਨੈਕਸਟ ਗੱਡੀ ਚੱਲਦੀ ਆ ਗਈ ਟੋਇਟਾ ਦੀ ਇਨੋਵਾ ਗੱਡੀ, ਬਹੁਤ ਹੀ ਮਤਲਬ ਸੋਹਣੀ ਅਤੇ ਬਿਗ ਫੈਮਿਲੀ ਦੇ ਲਈ ਬੈਸਟ ਹੈਗੀ, ਜਿਸਨੇ ਕਾਰੋਬਾਰ ਤੋੜਨ ਲਈ ਬੈਸਟ ਹੈ। 2012 ਮਾਡਲ ਹੈ ਜੀ ਇਨੋਵਾ, 1,25,000 ਕਿਲੋਮੀਟਰ ਚੱਲੀ ਹੋਈ ਹੈ। ਮਲੇਰਕੋਟਲਾ ਏਰੀਆ ਜਿੱਥੇ ਗੱਡੀ ਖੜੀ ਹੈ। 5,50,000 ਰੁਪਇਆ ਇਸ ਗੱਡੀ ਦੀ ਡਿਮਾਂਡ ਹੈ। ਸੋ ਇਹਨਾਂ ਦਾ ਕੰਟੈਕਟ ਨੰਬਰ ਹੈਗਾ ਜੀ 81-948-50-825। ਦੋਸਤੋ ਕਰ ਲਓ ਸਕਰੀਨਸ਼ੋਟ ਇਸ ਚੀਜ਼ ਦਾ, ਤੁਹਾਡੇ ਸਾਹਮਣੇ ਜੀ। ਸੋ ਇਸ ਤੋਂ ਬਾਅਦ ਸੈਕਿੰਡ ਹੈਂਡ ਕਾਰ ਆ ਗਈ ਆਪਣੇ ਕੋਲ ਜੀ ਅਲਟੋ ਐਲ ਐਕਸ ਆਈ, 2010 ਮਾਡਲ ਆ ਜੀ ਅਲਟੋ, 60,000 ਕਿਲੋਮੀਟਰ ਚੱਲੀ ਹੋਈ ਹੈ। ਸੈਕਿੰਡ ਓਨਰ ਹੈ ਜੀ, ਪਟਿਆਲਾ ਏਰੀਆ ਜਿੱਥੇ ਗੱਡੀ ਖੜੀ ਹੈ। 1,55,000 ਰੁਪਇਆ ਇਸ ਗੱਡੀ ਦੀ ਡਿਮਾਂਡ ਹੈ। ਇਹਨਾਂ ਦਾ ਕੰਟੈਕਟ ਨੰਬਰ ਕਰ ਜੋ 98-152-17-331। ਦੋਸਤੋ ਕਰ ਲਓ ਸਕਰੀਨਸ਼ੋਟ ਇਸ ਚੀਜ਼ ਦਾ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਸਕੂਟੀ ਮੈਸਟਰੋ, ਠੀਕ ਹੈ ਜੀ, ਮੈਸਟਰੋ ਸਕੂਟੀ ਦਾ ਨਾਮ ਹੈ। 2015 ਮਾਡਲ ਹੈ ਜੀ, 6500 ਕਿਲੋਮੀਟਰ ਚੱਲੀ ਹੋਈ ਹੈ। ਬਠਿੰਡੇ ਦਾ ਏਰੀਆ ਜੀ ਦੁੱਲਾ ਵਾਲਾ, ਠੀਕ ਹੈ, ਉੱਥੇ ਇਹ ਸਕੂਟੀ ਖੜੀ ਹੈ। 41,000 ਰੁਪਇਆ ਸਕੂਟੀ ਦੀ ਡਿਮਾਂਡ ਹੈ। ਸੋ ਇਹਨਾਂ ਦਾ ਕੰਟੈਕਟ ਨੰਬਰ ਹੈਗਾ ਜੀ 87-931-78-249। ਦੋਸਤੋ ਕਰ ਲਓ ਸਕਰੀਨਸ਼ੋਟ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਟੋਇਟਾ ਦੀ ਕਰੋਲਾ ਗੱਡੀ ਹੈ, ਬਹੁਤ ਹੀ ਡਿਮਾਂਡਿੰਗ ਗੱਡੀ ਹੈ ਵੀ। 2007 ਮਾਡਲ ਹੈ ਜੀ, ਪੈਟਰੋਲ ਦੀ ਗੱਡੀ ਜੀ ਪਲੱਸ CNG ਕਿੱਟ ਲੱਗੀ ਹੋਈ ਹੈ ਗੱਡੀ ਦੇ ਵਿੱਚ। ਜੈਤੋ ਮੰਡੀ ਏਰੀਆ ਜਿੱਥੇ ਗੱਡੀ ਖੜੀ ਹੈ ਦੋਸਤੋ। 1,50,000 ਰੁਪਇਆ ਗੱਡੀ ਦੀ ਡਿਮਾਂਡ ਹੈ। ਸੋ ਇਹਨਾਂ ਦਾ ਕੰਟੈਕਟ ਨੰਬਰ ਹੈਗਾ ਜੀ 94-656-14-918। ਦੋਸਤੋ ਕਰ ਲਓ ਸਕਰੀਨਸ਼ੋਟ ਇਸ ਚੀਜ਼ ਦਾ। ਸੋ ਅੱਜ ਦੀਆਂ ਜਿਹੜੀਆਂ 20 ਗੱਡੀਆਂ ਸੀ ਜੀ, ਇਹ ਕਰ ਲਈਆਂ ਆਪਾਂ ਨੇ ਕੰਪਲੀਟ। ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਦੱਬ ਕੇ ਕਰ ਦਿਆ ਕਰੋ, ਸ਼ੇਅਰ ਕਰਨਾ ਤੁਹਾਡੀ ਮਰਜ਼ੀ ਹੈ ਜੀ, ਠੀਕ ਹੈ, ਕਰਨੀਆਂ ਕਰ ਦਿਓ, ਅਦਰਵਾਈਜ਼ ਕੋਈ ਚੱਕਰ ਨਹੀਂ ਹੈ ਨਾ। ਅਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਆਹ ਪੈਂਪਲੇਟ ਦੀ ਗੱਲ ਕਰ ਲੈਂਦੀ ਹਾਂ ਆਪਾਂ। ਜੇ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਹੀਕਲ ਖੜਾ ਜੀ, ਸਕੂਟਰ, ਕਾਰ, ਮੋਟਰਸਾਈਕਲ, ਗੱਡੀ, ਤੁਹਾਨੂੰ ਕਰਨਾ ਹੋਵੇ ਜੀ ਸੇਲ ਆਪਣੇ ਚੈਨਲ ਦੇ ਥਰੂ, ਤੁਸੀਂ ਕਰਨਾ ਕਿ ਜੀ ਆਪਣੇ ਵਹੀਕਲ ਦੀਆਂ 6-7 ਫੋਟੋਆਂ ਪ੍ਰੋਪਰ ਅਤੇ ਪ੍ਰੋਪਰ ਡਿਟੇਲ ਜ਼ਰੂਰ ਸੈਂਡ ਕਰਦਿਆ ਕਰੋ, ਕਿਉਂਕਿ ਮੇਰੇ ਵੀਰ ਬਹੁਤੇ ਮਿਸਿੰਗ ਡਿਟੇਲ ਸੈਂਡ ਕਰ ਦਿੰਦੇ ਨੇ, ਜਿਹਦੇ ਕਰਕੇ ਮੈਂ ਉਹਨਾਂ ਦੀ ਐਡ ਨਹੀਂ ਕਰ ਪਾਉਂਦਾ, ਕਿਉਂਕਿ ਮੈਨੂੰ ਜੋ ਜ਼ਰੂਰੀ ਐਡ ਚਾਹੀਦੇ ਨੇ ਉਹ ਸੈਂਡ ਨਹੀਂ ਕਰਦੇ। ਜ਼ਰੂਰੀ ਕੀ ਦੱਸ ਦੇਣਾ ਹੁਣ ਬਈ ਗੱਡੀ ਕਿਹੜੀ ਹੈ, ਠੀਕ ਹੈ ਜੀ, ਅਤੇ ਮਾਡਲ ਕਿੰਨਾ ਗਾ, ਡੀਜ਼ਲ ਹੈ, ਪੈਟਰੋਲ ਹੈ, ਤੁਹਾਡਾ ਏਰੀਆ ਕੀ ਹੈ,
ਤੁਹਾਡੇ ਰੇਟ ਦੀ ਡਿਮਾਂਡ ਕੀ ਆ, ਤੁਹਾਡਾ ਕੰਟੈਕਟ ਨੰਬਰ ਵਾ, ਦੋ ਤਿੰਨ ਚੀਜ਼ਾਂ ਨੇ ਜੀ, ਪਲੀਜ਼ ਨਾਲ ਲਿਖ ਕੇ ਸੈਂਡ ਕਰ ਦਿਆ ਕਰੋ। ਅਤੇ ਫ੍ਰੀ ਦੇ ਵਿੱਚ ਆਪਾਂ ਐਡ ਕਰਾਂਗੇ, ਕਿਸੇ ਮੇਰੇ ਵੀਰ ਤੋਂ ਕੋਈ ਵਗੈਰਾ ਚਾਰਜਸ ਨਹੀਂ ਲੈਣੇ, ਠੀਕ ਹੈ। ਅਤੇ ਬਾਕੀ ਤੁਸੀਂ ਆਪਣੇ ਚੈਨਲ ਦੇ ਨਵੇਂ ਤਾਂ ਲੋਗੋ ਦੇਖੋ ਜੀ, PV13 ਪ੍ਰੋਡਕਸ਼ਨ ਦਾ ਕਰਕੇ ਕਲਿੱਕ, ਚੈਨਲ ਸਬਸਕ੍ਰਾਈਬ ਕਰੋ। ਸਬਸਕ੍ਰਾਈਬਰ ਕਿਉਂ ਕਰੋਗੇ? ਕਿਉਂਕਿ ਸੋ ਇਹੀ ਓਨਲੀ ਇੱਕ ਵਨ ਚੈਨਲ ਹੈ ਜਿੱਥੇ ਤੁਸੀਂ ਟਰੱਸਟ, ਆਪਣੇ ਟਰੱਸਟ ਦੇ ਨਾਲ ਆਪਣੇ ਹੀ ਏਰੀਆ ਦੇ ਵਿੱਚ ਵਧੀਆ ਅਤੇ ਟੋਪ ਦੀਆਂ ਗੱਡੀਆਂ ਬਹੁਤ ਹੀ ਠੀਕ ਰੇਟਾਂ ਦੇ ਵਿੱਚ ਪਰਚੇਜ਼ ਕਰ ਸਕਦੇ ਹੋ ਵਿਦਆਊਟ ਕਿਸੇ ਕਮਿਸ਼ਨ ਤੋਂ। ਸੋ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਸਾਡੀ ਵੀਡੀਓ ਦੇਖਣ ਦੇ ਲਈ ਜੀ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਇਦੋਂ ਦੀ ਵਧੀਆ ਅਤੇ ਟੋਪ ਦੀਆਂ ਗੱਡੀਆਂ ਦੇ ਨਾਲ, ਅਤੇ ਇੱਦਾਂ ਹੀ ਆਪਾਂ ਤੁਹਾਡੇ ਸੁਪਨੇ ਪੂਰੇ ਕਰਦੇ ਰਹਾਂਗੇ। ਬਸ ਤੁਹਾਡਾ ਮੈਨੂੰ ਹੌਸਲਾ ਅਤੇ ਤੁਹਾਡੀ ਸਪੋਰਟ ਚਾਹੀਦੀ ਆ, ਬਸ ਤੁਹਾਡੇ ਛੋਟੇ ਵੀਰ ਦੀ ਸਪੋਰਟ ਕਰਦੇ ਰਹੋ ਇੱਦਾਂ ਹੀ, ਅਤੇ ਮੈਂ ਇੱਦੀ ਤੁਹਾਡੇ ਲਈ ਕੰਮ ਕਰਦਾ ਰਹਾਂਗਾ। ਥੈਂਕ ਯੂ ਜੀ ਸਾਡੀ ਵੀਡੀਓ ਦੇਖਣ ਦੇ ਲਈ, ਅਤੇ ਜਾਂਦੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ।